ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬੜੀ ਕਰਨਾ। ਦੋਸਤੋ, ਬਰਸੀਮ ਦੀ ਸੁੰਡੀ ਇਸ ਵੇਲੇ ਬਣੀ ਹੋਈ ਹੈ ਕਿਸਾਨ ਵੀਰਾਂ ਲਈ ਪਰੇਸ਼ਾਨੀ ਦਾ ਸਬੱਬ। ਮੈਨੂੰ ਲਗਾਤਾਰ ਫੋਨ ਆ ਰਹੇ ਅਤੇ ਕਮੈਂਟ ਕਰਕੇ ਵੀ ਪੁੱਛਿਆ ਜਾ ਰਿਹਾ ਕਿ ਬਰਸੀਮ ਦੀ ਸੁੰਡੀ ਤੋਂ ਛੁਟਕਾਰਾ ਪਾਉਣ ਦਾ ਕੋਈ ਵਧੀਆ ਅਤੇ ਕਾਰਗਰ ਤਰੀਕਾ ਸਾਂਝਾ ਕੀਤਾ ਜਾਵੇ। ਸੋ ਦੋਸਤੋ, ਇਸ ਵੀਡੀਓ ਰਾਹੀਂ ਮੈਂ ਤੁਹਾਡੇ ਨਾਲ ਬਰਸੀਮ ਦੀ ਸੁੰਡੀ ਤੋਂ ਛੁਟਕਾਰਾ ਪਾਉਣ ਦਾ 100% ਪੱਕਾ, ਜ਼ਹਿਰ ਮੁਕਤ ਅਤੇ ਕਾਮਯਾਬ ਤਰੀਕਾ ਸਾਂਝਾ ਕਰਨ ਲੱਗਾ। ਇਸ ਕਰਕੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਅਤੇ ਉਹਨਾਂ ਨੂੰ ਮਿਲ ਸਕੇ ਇਸ ਜਾਣਕਾਰੀ ਦਾ ਭਰਪੂਰ ਲਾਹਾ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ, ਅਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀ ਕਰਨਾ ਨੂੰ ਵੀ ਲਾਈਕ, ਸ਼ੇਅਰ, ਫੋਲੋ ਅਤੇ ਰੈਕਮੈਂਡ ਕਰਨਾ ਨਾ ਭੁੱਲਿਓ, ਤਾਂ ਕਿ ਇਹਨਾਂ ਪਲੇਟਫਾਰਮਾਂ ਤੋਂ ਦਿੱਤੀ ਜਾਣ ਵਾਲੀ ਜਾਣਕਾਰੀ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚਦੀ ਹੋ ਸਕੇ। ਸੋ ਦੋਸਤੋ, ਨੋਟ ਕਰੋ ਹੱਲ। ਸਾਡੇ ਦੇਸ਼ ਦੇ ਇੱਕ ਬਹੁਤ ਹੀ ਪ੍ਰਸਿੱਧ, ਕਾਮਯਾਬ ਅਤੇ ਪ੍ਰਯੋਗਸ਼ੀਲ ਕੁਦਰਤੀ ਖੇਤੀ ਕਿਸਾਨ ਹਨ, ਸ਼੍ਰੀ ਚੰਤਾਲਾ ਵੈਂਕਟ ਰੈੱਡੀ। ਉਹਨਾਂ ਨੇ ਹਰ ਤਰ੍ਹਾਂ ਦੇ ਰਸ ਚੂਸਕ ਕੀੜਿਆਂ ਜਿਵੇਂ ਤੇਲਾ, ਚੇਪਾ, ਚਿੱਟਾ ਮੱਛਰ, ਥ੍ਰਿਪਸ ਅਤੇ ਪੱਤੇ ਖਾਣ ਵਾਲੀਆਂ ਸੁੰਡੀਆਂ ਤੋਂ ਛੁਟਕਾਰਾ ਪਾਉਣ ਵਾਸਤੇ ਇੱਕ ਬਹੁਤ ਹੀ ਸਫਲ ਅਤੇ ਜ਼ਬਰਦਸਤ ਤਕਨੀਕ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕੀਤੀ ਹੈ। ਤਕਨੀਕ ਦਾ ਨਾਂ ਹੈਗਾ ਸੋਇਲ ਸਵੈਪਿੰਗ। ਇਸ ਤਕਨੀਕ ਦੀ ਵਰਤੋਂ ਕਰਕੇ ਤੁਸੀਂ ਇਹਨਾਂ ਕੀੜਿਆਂ ਤੋਂ ਫ੍ਰੀ ਦੇ ਵਿੱਚ ਅਤੇ ਬੜੀ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਸੋ ਨੋਟ ਕਰੋ ਤਰੀਕਾ, ਤਕਨੀਕ, ਵਿਧੀ। ਸਭ ਤੋਂ ਪਹਿਲਾਂ ਜ਼ਮੀਨ ਨੂੰ 3 ਫੁੱਟ ਦੀ ਡੂੰਘਾਈ ਤੱਕ ਖੋਦ ਕੇ ਮਿੱਟੀ ਬਾਹਰ ਕੱਢ ਲਓ। ਇਹ ਮਿੱਟੀ ਕੱਢਣ ਲਈ ਤੁਸੀਂ ਵਰਮੇ ਦਾ ਇਸਤੇਮਾਲ ਕਰ ਸਕਦੇ ਹੋ, ਬਾਂਸ ਬੋਕੀ ਦਾ ਇਸਤੇਮਾਲ ਕਰ ਸਕਦੇ ਹੋ, ਕਹੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਹੁਣ 30 ਕਿਲੋ ਮਿੱਟੀ 200 ਲੀਟਰ ਪਾਣੀ ਦੇ ਵਿੱਚ ਇੱਕ ਡਰੰਮ 'ਚ ਪਾ ਕੇ ਘੋਲਣੀ ਹੈ। 5 ਮਿੰਟਾਂ ਤੱਕ ਘੋਲੋ। ਉਸ ਤੋਂ ਬਾਅਦ ਇਸ ਘੋਲ ਨੂੰ 20 ਮਿੰਟਾਂ ਲਈ ਛੱਡ ਦਿਓ। 20 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਭਾਰੀ ਮਿੱਟੀ ਹੈਗੀ ਹੈ ਉਹ ਗਾਰ ਦੇ ਰੂਪ 'ਚ ਡਰੰਮ ਦੇ ਤਲੇ 'ਤੇ ਬੈਠ ਜਾਏਗੀ ਅਤੇ ਡਰੰਮ ਦੇ ਵਿੱਚ ਗੰਧਲਿਆ ਹੋਇਆ ਪਾਣੀ ਤੁਹਾਨੂੰ ਉੱਪਰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਇਹ ਜਿਹੜਾ ਗੰਧਲਿਆ ਹੋਇਆ ਪਾਣੀ ਹੈ, ਤੁਹਾਨੂੰ 150 ਲੀਟਰ ਪਾਣੀ ਤੁਹਾਡੇ ਹੱਥ ਆਏਗਾ। ਇਹ ਪਾਣੀ 1 ਏਕੜ ਫਸਲ ਦੇ ਉੱਪਰ 8 ਪੰਪਾਂ ਦੇ ਵਿੱਚ ਵੰਡ ਕੇ ਆਪਾਂ ਸਪਰੇਅ ਕਰਨਾ। ਇਸ ਪਾਣੀ ਦੀ ਸਪਰੇਅ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਖੇਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਰਸ ਚੂਸਕ ਕੀੜੇ ਹੈਗੇ ਆ ਜਾਂ ਸੁੰਡੀ ਹੈਗੀ ਆ, ਉਹਨੂੰ ਜਿਹੜਾ ਹੈਗਾ ਇਹ ਜਿਹੜੀ ਸਪਰੇਅ ਹੈਗੀ ਆ ਖਤਮ ਕਰ ਦੇਗੀ। ਅਤੇ ਇਹ ਖਤਮ ਕਿਵੇਂ ਕਰਦੀ ਆ ਉਹ ਤੁਸੀਂ ਸਮਝ ਲਓ। ਸ਼੍ਰੀ ਚਿੰਤਾਲਾ ਵੈਂਕਟ ਰੈੱਡੀ ਜੀ ਅਨੁਸਾਰ ਇਹਨਾਂ ਕੀੜਿਆਂ ਦੇ ਲੀਵਰ ਅਤੇ ਫੇਫੜੇ ਨਹੀਂ ਹੁੰਦੇ, ਜਿਸ ਕਰਕੇ ਇਹ ਮਿੱਟੀ ਨੂੰ ਪਚਾ ਨਹੀਂ ਸਕਦੇ। ਇਹ ਜਿਹੜਾ ਗੰਧਲਿਆ ਹੋਇਆ ਪਾਣੀ ਜਦੋਂ ਆਪਾਂ ਫਸਲ ਦੇ ਉੱਤੇ ਛਿੜਕਦੇ ਹਾਂ ਤਾਂ ਇਹਦੇ ਵਿਚਲੀ ਜਿਹੜੀ ਮਿੱਟੀ ਹੈਗੀ ਆ ਬਰੀਕ ਲੇਅਰ ਦੇ ਰੂਪ ਵਿੱਚ ਪੱਤਿਆਂ ਦੇ ਉੱਤੇ ਜੰਮ ਜਾਂਦੀ ਹੈ ਅਤੇ ਜਦੋਂ ਕੋਈ ਕੀੜਾ ਪੱਤੇ ਦਾ ਰਸ ਚੂਸਦਾ ਜਾਂ ਉਹਨੂੰ ਖਾਂਦਾ ਤਾਂ ਇਹ ਮਿੱਟੀ ਉਹਦੇ ਰਾਹੀਂ ਕੀੜੇ ਦੇ ਸਰੀਰ ਵਿੱਚ ਚਲੀ ਜਾਂਦੀ ਹੈ। ਲੀਵਰ ਫੇਫੜੇ ਨਾ ਹੋਣ ਕਰਕੇ, ਮਿੱਟੀ ਨੂੰ ਪਚਾਉਣ ਦੀ ਸਮਰੱਥਾ ਨਾ ਹੋਣ ਕਰਕੇ ਉਸ ਕੀੜੇ ਦੀ ਇਸ ਮਿੱਟੀ ਕਰਕੇ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ ਅਤੇ ਤੁਹਾਡੀ ਜਿਹੜੀ ਫਸਲ ਹੈਗੀ ਆ ਇਹਨਾਂ ਸਾਰੇ ਤਰ੍ਹਾਂ ਦੇ ਕੀੜਿਆਂ ਤੋਂ ਉਹਦਾ ਛੁਟਕਾਰਾ ਹੋ ਜਾਂਦਾ। ਸੋ ਇਹ ਬਹੁਤ ਹੀ ਕਾਮਯਾਬ ਅਜਮਾਈ ਅਤੇ ਪਰਖੀ ਹੋਈ ਤਕਨੀਕ ਹੈ। ਇਹਦੇ ਬਾਰੇ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾ ਕੇ ਪਾਈ ਸੀ ਅਤੇ ਜਿਹੜੇ ਕਿਸਾਨ ਭਰਾਵਾਂ ਨੇ ਕਣਕ ਦੇ ਉੱਤੇ ਤੇਲੇ ਚੇਪੇ ਦੀ
ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਘੋਲ ਦੀ ਸਪਰੇਅ ਕੀਤੀ ਸੀ, ਉਹਨਾਂ ਨੂੰ ਇਹਦੇ ਜ਼ਬਰਦਸਤ ਰਿਜ਼ਲਟ ਮਿਲੇ ਆ। ਨਿਰਮਲਜੀਤ ਸਿੰਘ ਭਗਤਾ ਭਾਈ ਕਾਣੀਆ ਦੀ ਸਪਰੇਅ ਕੀਤੀ ਸੀ, ਉਹਨਾਂ ਨੂੰ ਵੀ ਰਿਜ਼ਲਟ ਮਿਲੇ ਆ। ਇੱਕ ਭਾਈ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ, ਨਵਦੀਪ ਠਾਕੁਰ ਜੀ, ਉਹਨਾਂ ਨੂੰ ਵੀ ਇਹਦੇ ਬਹੁਤ ਵਧੀਆ ਰਿਜ਼ਲਟ ਮਿਲੇ ਆ। ਸੋ ਜਿਹੜਾ ਵੀ ਕੀੜਾ ਇਸ ਮਿੱਟੀ ਵਾਲੇ ਪੱਤਿਆਂ ਨੂੰ ਰਸ ਦੇ ਰੂਪ 'ਚ ਜਾਂ ਪੱਤਿਆਂ ਦੇ ਰੂਪ 'ਚ ਖਾ ਕੇ ਅੰਦਰ ਲੈ ਗਿਆ, ਉਹਨੇ ਜਿਹੜਾ ਹੈਗਾ ਮਰਨਾ ਹੀ ਮਰਨਾ। ਅਤੇ ਇਸ ਤੋਂ ਸੌਖਾ, ਸਸਤਾ ਅਤੇ ਸਰਲ ਉਪਾਅ ਜਿਹੜਾ ਹੈਗਾ ਮੈਨੂੰ ਵੀ ਲੱਗਦਾ ਤੁਹਾਨੂੰ ਕੋਈ ਹੋਰ ਮਿਲ ਸਕਦਾ। ਅਸੀਂ ਧੰਨਵਾਦੀ ਹਾਂ ਸ਼੍ਰੀ ਚਿੰਤਾਲਾ ਵੈਂਕਟ ਰੈਡੀ ਜੀ ਦੇ, ਜਿਨ੍ਹਾਂ ਨੇ ਇਹ ਇੰਨੀ ਸਰਲ ਅਤੇ ਸੌਖੀ ਤਕਨੀਕ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕੀਤੀ। ਦੋਸਤੋ, ਇਸ ਤਕਨੀਕ ਨੂੰ ਆਪਣੀ ਖੇਤੀ ਦੇ ਵਿੱਚ ਲਾਗੂ ਕਰੋ। ਜਿਨ੍ਹਾਂ ਕਿਸਾਨਾਂ ਦੇ ਇਸ ਵੇਲੇ ਬਰਸੀਮ ਨੂੰ ਸੁੰਡੀ ਪਈ ਹੋਈ ਹੈ, ਉਹਨਾਂ ਨੂੰ ਕੋਈ ਜ਼ਹਿਰ ਖਰੀਦਣ ਦੀ ਲੋੜ ਨਹੀਂ ਹੈਗੀ, ਬਾਜ਼ਾਰ ਜਾ ਕੇ ਪੱਠਿਆਂ ਨੂੰ ਜ਼ਹਿਰੀਲੇ ਕਰਨ ਦੀ ਲੋੜ ਨਹੀਂ ਹੈਗੀ। ਇਹ ਮਿੱਟੀ ਵਾਲੇ ਘੋਲ ਦੀ ਸਪਰੇਅ ਕਰੋ ਅਤੇ ਇਹਦੇ ਨਾਲ ਤੁਹਾਡਾ ਜਿਹੜਾ ਬਰਸੀਮ ਹੈ ਸੁੰਡੀ ਤੋਂ 100% ਮੁਕਤ ਹੋ ਜਾਏਗਾ। ਇਸ ਸਪਰੇਅ ਨੂੰ ਕਰਨ ਤੋਂ ਪਹਿਲਾਂ ਕੀ ਪੁਜੀਸ਼ਨ ਹੈਗੀ ਹੈ ਤੁਹਾਡੇ ਬਰਸੀਮ ਦੇ ਵਿੱਚ ਸੁੰਡੀ ਦੀ, ਉਹਦੀ ਇੱਕ ਵੀਡੀਓ ਬਣਾ ਲਿਓ। ਉਸ ਤੋਂ ਬਾਅਦ 2-4 ਦਿਨਾਂ ਬਾਅਦ ਸਪਰੇਅ ਕਰਨ ਦੇ ਜਿਹੜੀ ਉਸ ਤੋਂ ਬਾਅਦ ਦੀ ਪੁਜੀਸ਼ਨ ਹੈਗੀ ਆ ਉਹਦੀ ਵੀ ਇੱਕ ਵੀਡੀਓ ਬਣਾ ਲਿਓ ਅਤੇ ਉਹ ਦੋਨੋਂ ਵੀਡੀਓ ਬਾਅਦ 'ਚ ਮੈਨੂੰ ਭੇਜਿਓ, ਜਿਹੜੀ ਵੀ ਫੀਡਬੈਕ ਤੁਹਾਡੀ ਹੋਏਗੀ, ਤਾਂ ਕਿ ਆਪਾਂ ਉਹ ਸਾਰਾ ਤੁਹਾਡਾ ਤਜਰਬਾ ਹੋਰ ਕਿਸਾਨਾਂ ਨਾਲ ਵੀ ਅੱਗੇ ਸਾਂਝਾ ਕਰ ਸਕੀਏ ਆਪਣੇ ਇਸੇ ਚੈਨਲ ਰਾਹੀਂ, ਇਸੇ ਪਲੇਟਫਾਰਮ ਰਾਹੀਂ। ਸੋ ਆਸ ਕਰਦਾ ਇਹ ਵੀਡੀਓ ਤੁਹਾਨੂੰ ਆਈ ਹੋਏਗੀ ਪਸੰਦ, ਇਸ ਵੀਡੀਓ ਵਿਚਲੀ ਜਾਣਕਾਰੀ ਤੁਹਾਡੇ ਲਈ ਸਿੱਧ ਹੋਏਗੀ, ਲਾਹੇਵੰਦ। ਅਤੇ ਇਸ ਜਾਣਕਾਰੀ ਨੂੰ ਆਪਣੇ ਤੱਕ ਹੀ ਸੀਮਿਤ ਨਾ ਰੱਖਿਓ, ਵੱਧ ਤੋਂ ਵੱਧ ਕਿਸਾਨਾਂ ਤੱਕ ਪੁੱਜਦੀ ਕਰਿਓ। ਵੀਡੀਓ ਨੂੰ ਸ਼ੇਅਰ ਕਰਦਿਆਂ ਕਰੋ, ਤੁਹਾਡਾ ਕੁਝ ਨਹੀਂ ਜਾਂਦਾ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਫਾਇਦਾ ਬਹੁਤ ਲੋਕਾਂ ਦਾ ਹੋ ਜਾਣਾ, ਵਿੱਚੇ ਮੇਰਾ ਵੀ ਫਾਇਦਾ ਹੋ ਜਾਣਾ। ਸੋ ਅੱਜ ਲਈ ਇੰਨਾ ਹੀ, ਵੀਡੀਓ ਨੂੰ ਕਰਿਓ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ, ਆਪਣੇ ਫੇਸਬੁੱਕ ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀ ਖਾਨਾ ਨੂੰ ਵੀ ਲਾਈਕ, ਸ਼ੇਅਰ, ਫੋਲੋ ਅਤੇ ਰਿਕਮੈਂਡ ਜ਼ਰੂਰ ਕਰਿਓ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।